ਸੋ ਤੁਸੀਂ ਗੱਲ ਦੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ 20 ਤੋਂ ਲੈ ਕੇ 25 ਸਤੰਬਰ ਤੱਕ ਕਿ ਇਹਨਾਂ 5-6 ਦਿਨਾਂ ਦੌਰਾਨ ਪੰਜਾਬ ਮੌਸਮ ਵਿੱਚ ਕੀ ਕੀ ਹਾਲ ਚਾਲ ਹੋ ਸਕਦੀ ਹੈ ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਮੌਸਮ ਵਿੱਚ ਬਦਲਾਅ ਆਉਣ ਦੇ ਅਸਾਰ ਨੇ ਜੋ ਦਿਖ ਰਹੇ ਨੇ ਉਹਦੇ ਸਬੰਧਤ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿ ਕਿਹੜੇ ਦਿਨ ਤੋਂ ਮੌਸਮ ਪੰਜਾਬ ਦਾ ਬਦਲ ਸਕਦਾ ਹੈ ਤੇ ਕਿਹੜੇ ਦਿਨਾਂ ਦੌਰਾਨ ਸਾਫ਼ ਰਹੇਗਾ। ਸੋ ਸ਼ੁਰੂਆਤ ਕਰਦੇ ਆ ਪਹਿਲਾਂ 20 ਸਤੰਬਰ ਤੋਂ ਜੇ ਦੇਖੀ ਆਪਾਂ 20 ਅਤੇ 21 ਸਤੰਬਰ ਨੂੰ ਜ਼ਿਆਦਾਤਰ ਮੌਸਮ ਪੰਜਾਬ ਦਾ ਖੁਸ਼ਕ ਰਹੂਗਾ ਪਰ ਇਸ ਦੇ ਦੌਰਾਨ ਹਲਕੀ ਟੁੱਟੂਵੇਂ ਬੱਦਲਬਾਈ ਕਈ ਇਲਾਕਿਆਂ ਵਿੱਚ ਪਹੁੰਚ ਸਕਦੇ ਜਿਵੇਂ ਪੰਜਾਬ ਦੇ ਪੱਛਮੀ ਤੇ ਦੱਖਣੀ ਇਲਾਕੇ ਹੋਣਗੇ ਤਾਂ ਉਹਨਾਂ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਆਪਾਂ ਨੂੰ ਅਚਾਨਕ ਹੀ ਇੱਕ ਦੋ ਭਾਗਾਂ ਵਿੱਚ ਹਲਕੀ ਬੂੰਦਾਬੰਦੀ ਜਾਂ ਹਲਕੀ ਗਰਜ ਛਾਮਕ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਜ਼ਿਆਦਾ ਭਾਰੀ ਮੀਂਹ ਦੇ ਅਸਰ ਪੰਜਾਬ ਵਿੱਚ ਨਹੀਂ ਹੋਣਗੇ 90 ਤੋਂ 95% ਇਲਾਕੇ ਸਾਫ਼ ਰਹਿਣਗੇ 20 ਅਤੇ 21 ਸਤੰਬਰ ਨੂੰ ਤੇ ਇਹਨਾਂ ਦਿਨਾਂ ਦੌਰਾਨ ਹਵਾਵਾਂ ਵੀ ਲਗਭਗ ਪਹਿਲਾਂ ਦੀ ਤਰ੍ਹਾਂ ਹੀ ਚੱਲਣਗੀਆਂ ਕਿ ਭਾਵੇਂ ਦਿਨ ਤੋਂ ਸਮੇਂ ਹੋਣ ਜਿਹੜੀਆਂ ਲਗਭਗ ਸਵੇਰ ਤੋਂ ਸ਼ਾਮ ਤੱਕ ਪੱਛਮੀ ਹਵਾਵਾਂ ਅਤੇ ਰਾਤ ਤੋਂ ਸਵੇਰ ਤੱਕ ਪੂਰਬੀ ਹਵਾਵਾਂ ਦਾ ਦੌਰ ਜਿਹੜਾ ਜਾਰੀ ਰਹੇਗਾ ਤੇਸ ਤੋਂ ਬਾਅਦ ਪੰਜਾਬ ਦੇ ਮੌਸਮ ਵਿੱਚ 22 ਸਤੰਬਰ ਤੋਂ ਹਲਕਾ ਬਦਲਾਅ ਦੇਖਣ ਨੂੰ ਮਿਲੇਗਾ ਤੇ ਪੰਜਾਬ ਵਿੱਚ ਹਵਾਵਾਂ ਦੀ ਗਤੀ ਬਦਲ ਕੇ ਪੂਰਬੀ ਦਿਸ਼ਾ ਤੋਂ ਹੋ ਜਾਵੇਗੀ ਪੂਰਬੀ ਦਿਸ਼ਾ ਤੋਂ ਆਪਾਂ ਨੂੰ ਮੱਧਮ ਤੇਜ਼ ਹਵਾਵਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਆਉਣ ਵਾਲੇ 2 ਦਿਨਾਂ ਤੱਕ ਜਾਰੀ ਰਹਿ ਸਕਦੀਆਂ ਨੇ ਸੋ ਇਹਨਾਂ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਪੰਜਾਬ ਦੇ ਇਲਾਕਿਆਂ ਵਿੱਚ ਮੌਇਸਚਰ ਇੱਕ ਵਾਰ ਫਿਰ ਤੋਂ ਕਾਫੀ ਜ਼ਿਆਦਾ ਮਾਤਰਾ ਵਿੱਚ ਇਕੱਠਾ ਇਕੱਠਾ ਹੋਣਾ ਆਰੰਭ ਹੋ ਜਾਵੇਗਾ ਤੇ ਜਿਸ ਦੇ ਕਾਰਨ ਪੰਜਾਬ ਦਾ ਮੌਸਮ 23 ਤੋਂ ਲੈ ਕੇ 25 ਸਤੰਬਰ ਦੇ ਦਰਮਿਆਨ ਬਦਲ ਸਕਦਾ ਹੈ ਸੋ ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੀ ਬਰਸਾਤ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਸਾਰੇ ਪੰਜਾਬ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਨਹੀਂ ਹੋਣਗੀਆਂ ਲਗਭਗ ਉਮੀਦ ਦਿਖ ਰਹੀ ਹੈ ਕਿ 30 ਤੋਂ ਲੈ ਕੇ 50% ਇਲਾਕਿਆਂ ਵਿੱਚ ਬੱਦਲਵਾਈ ਨਾਲ ਹਲਕੇ ਤੋਂ ਦਰਮਿਆਨਾ ਮੀਂਹ 23 ਤੋਂ ਲੈ ਕੇ 25 ਸਤੰਬਰ ਦੇ ਦਰਮਿਆਨ ਹੋ ਸਕਦਾ ਹੈ 23 ਸਤੰਬਰ ਦੀ ਉਮੀਦ ਹੈ ਵੀ ਰਾਤ ਤੋਂ ਮੌਸਮ ਬੜਾ ਬਦਲਾ ਲੈਣਾ ਆਰੰਭ ਕਰੇਗਾ ਅਤੇ 24-25 ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਟੁੱਟਵੇਂ ਬੱਦਲਵਾਈ ਦੇ ਨਾਲ ਕੁਝ ਭਾਗਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ आसार बन ਰਹੇ ਨੇ ਅਤੇ ਹੋ ਸਕਦਾ ਹੈ ਕਿ ਇੱਕ ਦੋ ਇਲਾਕਿਆਂ ਵਿੱਚ ਭਰਮਾ ਮੀ ਵੀ ਦੇਖਣ ਨੂੰ ਮਿਲ ਸਕਦਾ ਹੈ ਭਾਵ ਕਿ ਜਿਹੜਾ ਮੱਧਮ ਤੋਂ ਲੈ ਕੇ ਥੋੜਾ ਜਿਆਦਾ ਇਹ ਰੂਪ ਵਾਲਾ ਹੋਵੇਗਾ ਤੇ ਉਸ ਦੇ ਸਬੰਧਤ ਜਾਣਕਾਰੀ ਆਪਾਂ ਲਗਾਤਾਰ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ ਕਿਉਂਕਿ ਮੌਸਮ ਵਿੱਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਹੈ ਇਹ ਜਾਣਕਾਰੀ ਦੇ ਵਿੱਚ ਬਦਲਾਅ ਵੀ ਹੋ ਸਕਦਾ ਹੈ ਕਿਉਂਕਿ ਮੌਸਮੀ ਗਤੀਵਿਧੀਆਂ ਜੇਕਰ ਇਸ ਦੇ ਉਲਟ ਹੁੰਦੀਆਂ ਤਾਂ ਮੀਂਹ ਦੀਆਂ ਗਤੀਵਿਧੀਆਂ ਘੱਟ ਸਕਦੀਆਂ ਜਾਂ ਫਿਰ ਮੀਂਹ ਦੀਆਂ ਗਤੀਵਿਧੀਆਂ ਵੱਧ ਵੀ ਸਕਦੀਆਂ ਨੇ ਸੋ ਆਪਾਂ ਇਸ ਦੇ ਸਬੰਧਤ ਨਾਲ ਦੀ ਨਾਲ ਅਪਡੇਟ ਡੇਲੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਾਕੀ ਜੋ ਹੁਣ ਦੇ ਸਮੇਂ ਦੇ ਅਨੁਸਾਰ ਜੋ ਵੀ ਮੌਸਮ ਦੇ ਅਸਰ ਦਿਖ ਰਹੇ ਸਨ ਉਸ ਮੁਤਾਬਕ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਹੁਣ ਇਜਾਜ਼ਤ ਦਿਓ ਤੇ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ